ਛੋਟੀਆਂ ਛੋਟੀਆਂ ਇਹਨਾਂ ਦੀ ਟੰਗਾਂ ਨੇ ਤੇ ਫਿਰ ਵੀ ਨਾ ਪੂਰੇ ਕੁੱਤਰੇ ਨੂੰ ਇਹਨਾਂ ਨਾਲ ਜਿਹੜਾ ਹੈਗਾ ਨਾ ਖਿਲਾਰ ਕੇ ਰੱਖ ਦਿੱਤਾ। ਮੈਂ ਕਹਿੰਦਾ ਅਲਹਮਦੁਲਿਲਾ ਜੀ, ਬੱਚੇ ਵੀ ਆ ਚੁੱਕੇ ਨਾਸ਼ਤਾ ਕਰਨ ਵਾਸਤੇ। ਕਲਰ ਤੇ ਮੈਂ ਕਰ ਰਿਹਾ, ਐ ਵੀ ਹੋ ਗਈ ਹੈ, ਹੁਣ ਇੱਕ ਪਰੇਸ਼ਾਨੀ ਹੈ। ਤਿੰਨੇ ਦਿਨਾਂ ਬਾਅਦ ਅੱਜ ਜਾ ਕੇ ਕੋਈ ਸਕੂਨ ਮਹਿਸੂਸ ਹੋ ਰਿਹਾ ਹੈ। ਉਹਦੀ ਵਜ੍ਹਾ ਹੈ ਕਿ ਤਕਰੀਬਨ ਝਾੜੂ ਵਗੈਰਾ ਸਾਰਾ ਬੇਗਮ ਸਾਹਿਬਾ ਨੇ ਦੇ ਦਿੱਤਾ ਔਰ ਮੱਝ ਕਹਿ ਰਹੀ ਕਿ ਮੈਨੂੰ ਨਾ ਪੱਠੇ ਪਾਓ, ਪੱਠੇ ਪਾਓ। ਸ਼ੌਕੀ ਦੇ ਪੱਠੇ ਪੈ ਰਹੇ ਤੇ ਮੱਝ ਨੇ ਆਪਣੇ ਪੱਠੇ ਨਾ ਖਤਮ ਕਰ ਲਏ ਨੇ। ਹਾਂ, ਮੈਂ ਇਹਦੇ ਦਾ ਮਤਲਬ ਟਾਈਮ ਨਾ ਜਿਹੜਾ ਹੈਗਾ ਨਾ ਉੱਠਦਾ। ਬੇਗਮ ਸਾਹਿਬਾ ਨੇ ਸੁਬਹ ਸੁਬਹ ਕੰਮ ਜਿਹੜਾ ਹੈਗਾ ਨਾ ਸ਼ੁਰੂ ਕਰ ਦਿੱਤੇ ਨੇ। ਸਭ ਤੋਂ ਪਹਿਲਾਂ ਲਾਈਟ ਬੁਝਾਉਂਦੇ ਹਾਂ, ਫਿਰ ਲੈ ਕੇ ਆਉਂਦੇ ਹਾਂ ਜੀ ਤੂੜੀ ਮੱਝ ਵਾਸਤੇ। ਇਹਨਾਂ ਦਾ ਫਿਰ ਖਿਆਲ ਹੀ ਰੱਖੀ ਹੈ। ਹਾਂ, ਇਤਨੇ ਦਿਨ ਹੋ ਗਏ ਨੇ ਇਹਨਾਂ ਨੂੰ ਬੜਾ ਸੰਭਾਲ ਕੇ ਰੱਖਿਆ ਹੋਇਆ। ਉਹ ਟਿਟਾਣਾ ਜਿਹਾ ਫੱਦੀ ਫਿਰਦਾ ਜੀ ਇਹ, ਐ ਦੇਖੋ ਮੈਂ ਕੀ ਚੱਕੀ ਫਿਰਦਾ। ਹਾਂ, ਤੂੜੀ ਜਿਹੜੀ ਹੈਗੀ ਨਾ ਇੱਕ ਤਾਂ ਹੈ ਜੀ ਪੁਰਾਣੀ, ਠੀਕ ਹੈ, ਔਰ ਦੂਸਰਾ ਨਵੀਂ ਤੂੜੀ ਜਿਹੜੀ ਹੈ ਨਾ ਡੰਗਰ ਜ਼ਿਆਦਾ ਸ਼ੌਕ ਨਾਲ ਖਾਂਦਾ ਅਤੇ ਇਹ ਵਾਲੀ ਤੂੜੀ ਪੁਰਾਣੀ ਹੈ ਲੇਕਿਨ ਗੁਜ਼ਾਰਾ ਮੁਜ਼ਾਰਾ ਕਰਦੇ ਪਿਆ। ਮੈਂ ਸੋਚਦਾ ਪਿਆ ਇਹ ਵਾਲੀ ਤੂੜੀ ਜਿਹੜੀ ਹੈ ਨਾ ਉੱਥੇ ਸਾਈਡ 'ਤੇ ਬਾਹਰ ਕਢਾ ਕੇ ਨਾ ਲਿਪਾਈ ਵਾਸਤੇ ਰੱਖ ਲੈਂਦੇ ਹਾਂ ਅਤੇ ਨਵੀਂ ਤੂੜੀ ਜਿਹੜੀ ਹੈਗੀ ਨਾ ਮੱਝ ਵਾਸਤੇ ਦੁਬਾਰਾ ਲੈਂਦੇ ਹਾਂ, ਕਿਉਂਕਿ ਅਗਰ ਨਾ ਲਵੀਏ ਸਾਡੇ ਕੋਲ ਮੁੱਕਦੀ ਤਾਂ ਨਹੀਂ ਕਾਫੀ ਦਿਨ, ਲੇਕਿਨ ਇਹ ਹੁਣ ਨਾ ਪੁਰਾਣੀ ਹੋ ਗਈ ਆ। ਲੇਕਿਨ ਚਲੋ 4 ਦਿਨ ਗੁਜ਼ਾਰਾ ਕਰ ਲੈਂਦੇ ਹਾਂ ਅਤੇ ਇਹ ਅੱਜ ਇਹਦੇ ਛੱਪਰ ਛੁੱਪਰ ਹੈ ਜਿਹੜੇ ਪਾਏ ਹੋਏ ਨੇ, ਛੱਪਰ ਛੁੱਪਰ ਦੀ ਲਿਪਾਈ ਵਗੈਰਾ ਕਰ ਲਈ ਕਰਾਂਗੇ ਅਤੇ ਮੱਝ ਵਾਸਤੇ ਜਿਹੜੀ ਇਹਨਾਂ ਨੂੰ ਨਵੀਂ ਲੈਂਦੇ ਹਾਂ। ਅਸਲਾਮੁ ਅਲੈਕੁਮ ਜੀ, ਕੀ ਹਾਲ ਚਾਲ ਨੇ ਸਾਰਿਆਂ ਦੇ? ਸੁਬਹ ਸੁਬਹ ਜਿਹੜਾ ਹੈਗਾ ਨਾ ਮਾਸ਼ਾਅੱਲਾ ਅੱਜ ਨਾ ਹਵਾ ਚੱਲੀ ਹੋਈ ਆ, ਮੌਸਮ ਬੜਾ ਬਿਹਤਰੀਨ ਬਣਿਆ ਹੋਇਆ ਔਰ ਚਾਰੋਂ ਤਰਫ ਜਿਹੜੇ ਹੈਗੇ ਨਾ ਬੱਦਲ ਬਣੇ ਹੋਏ ਨੇ। ਮਾਸ਼ਾਅੱਲਾ ਮੌਸਮ ਨਾ ਕਾਫੀ ਠੰਡਾ ਠੰਡਾ ਲੱਗ ਰਿਹਾ, ਲੇਕਿਨ ਅੱਗੇ ਚੱਲ ਕੇ ਕੀ ਹੁੰਦਾ। ਹਾਲੇ ਤਾਂ ਸੁਬਹ ਦੇ ਜਿਹੜੇ ਹੈਗੇ ਨਾ 7 ਵਜੇ ਨੇ। ਮਾਸ਼ਾਅੱਲਾ ਬੱਦਲ ਵਗੈਰਾ ਬੜੇ ਬਿਹਤਰੀਨ ਬਣੇ ਹੋਏ ਨੇ ਔਰ ਮੁਖਤਲਿਫ ਪਰਿੰਦਿਆਂ ਦੀ ਜਿਹੜੀ ਹੈ ਨਾ ਆਵਾਜ਼ਾਂ ਆ ਰਹੀਆਂ ਨੇ। ਹਾਂਜੀ, ਇਹ ਬੈਠੀਆਂ ਟਟੀਰੀਆਂ, ਅਸੀਂ ਇਹਨੂੰ ਟਟੀਰ ਸੱਦਦੇ ਹਾਂ, ਪਤਾ ਨਹੀਂ ਤੁਸੀਂ ਕੀ ਕਹਿ ਟੀ 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 ਲਾਈ ਰੱਖਦੀ, ਮੈਂ ਜ਼ਮੀਨ 'ਤੇ ਜ਼ਿਆਦਾ ਰਹਿੰਦੀਆਂ ਨੇ। ਔਰ ਮਾਸ਼ਾਅੱਲਾ ਬੇਗਮ ਸਾਹਿਬਾ ਜਿਹੜਾ ਹੈਗਾ ਨਾ, ਹਾਂ ਦੇਊ ਮਾਜ ਦੁੱਧ ਕੇ ਠਹਿਰ ਕੇ ਕਹਿ ਰਹੀ ਹੈ, ਚਲੋ ਉਹਨੂੰ ਖਾਣ ਪੀਣ ਦੇ ਇੱਕ ਵਾਰੀ। ਬਾਰਿਸ਼ ਦੀ ਬੜੀ ਜ਼ਰੂਰਤ ਹੈ ਮਾਸ਼ਾਅੱਲਾ, ਗਾਲਾ ਬਾਰਿਸ਼ ਹੋ ਜਾਵੇ ਨਾ ਅੱਜ, ਕਿਆ ਹੀ ਬਾਤ ਹੈ। ਮੌਸਮ ਤਾਂ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਬਾਰਿਸ਼ ਵਾਲਾ ਹੀ ਬਣਿਆ ਹੋਇਆ, ਸਾਰੇ ਜਿਹੜੇ ਹੈਗੇ ਨਾ ਬੱਦਲ ਵਗੈਰਾ ਬਣੇ ਖੜੇ ਨੇ ਔਰ ਅੱਲਾ ਕਰੇ ਬਸ ਬਾਰਿਸ਼ ਹੋ ਜਾਵੇ ਨਾ ਅਤੇ ਕਿਆ ਹੀ ਬਾਤ ਹੈ। ਮਾਸ਼ਾਅੱਲਾ ਬੜਾ ਖੂਬਸੂਰਤ ਮੌਸਮ ਬਣਿਆ ਖੜਾ ਸੁਬਹ ਸੁਬਹ, ਔਰ ਅੱਜ ਮੈਂ ਵੀ ਸੁਬਹ ਸੁਬਹ ਜਿਹੜਾ ਹੈਗਾ ਨਾ ਥੋੜ੍ਹਾ ਜਿਹਾ ਉੱਠ ਗਿਆ, ਠਹਿਰ ਕੇ ਚੋਰ ਲੈਣੀ ਸੀ। ਚਲੋ ਖੋਲ ਦਿੱਤਾ, ਦੁੱਧ ਜਿਹੜਾ ਹੈਗਾ ਨਾ ਤੁਸੀਂ ਚੋ ਲਓ। ਔਰ ਤੁਸੀਂ ਕਹਿੰਦੇ ਨਾ ਸਫਾਈ ਨਹੀਂ ਰੱਖਦੇ, ਸਾਰੀ ਸਫਾਈ ਤੁਹਾਨੂੰ ਨਜ਼ਰ ਆ ਰਹੀ, ਬਾਕੀ ਡੰਗਰ ਹੈਗੇ ਉਹਨਾਂ ਦੀ ਇਤਨੀ ਕੀ ਸਫਾਈ ਹੁੰਦੀ ਹੈ, ਬਾਕੀ ਤੇ ਜ਼ਿਆਦਾਤਰ ਅਸੀਂ ਮਤਲਬ ਝਾੜੂ ਵਗੈਰਾ ਦੇ ਕੇ ਨਾ ਘਰ ਚ ਤੋਂ ਸਾਫ਼ ਸੁਥਰਾ ਰੱਖੀਦਾ। ਇਹ ਵਾਲੀ ਜਗ੍ਹਾ ਕਾਫੀ ਦਿਨ ਹੋ ਗਏ ਨਾ ਸਾਫ਼ ਕੋਈ ਨਹੀਂ ਕੀਤੀ, ਮੱਟੀ ਵਗੈਰਾ ਉੱਤੇ ਨਾ ਇੱਟਾਂ ਦੇ ਕਾਫੀ ਜ਼ਿਆਦਾ ਜੰਮੀ ਪਈ ਹੈ, ਇਹਨੂੰ ਜਿਹੜਾ ਹੈਗਾ ਨਾ ਧੋਨੇ ਆ। ਬਾਰਿਸ਼ ਆ ਗਈ ਤੇ ਆਪੇ ਧੁੱਪ ਜਾਵੇਗੀ, ਅਗਰ ਬਾਰਿਸ਼ ਨਾ ਆਈ ਤਾਂ ਫਿਰ ਸਾਨੂੰ ਧੋਣਾ ਪੈਣਾ। ਅਬਦੁਲ ਹਾਦੀ ਸਾਹਿਬ ਜਿਹੜਾ ਹੈਗਾ ਨਾ ਉਹ ਵੀ ਆ ਗਿਆ। ਹਾਂ, ਮਾਮਾ ਸੱਦਾ ਬੰਦਾ ਹੈ, ਮਾਂ ਨੂੰ ਸੱਦੀ ਜਾਂਦਾ। ਹਾਂ ਉੱਠ ਗਿਆ,
ਬੇਗਮ ਸਾਹਿਬਾਂ ਦੁੱਧ ਵਗੈਰਾ ਚੋਵੇਗੀ ਤੇ ਉਸ ਤੋਂ ਬਾਅਦ ਇਹਦੀ ਚਾਏ ਬਣੇਗੀ, ਸੁਬਹ ਦਾ ਜਿਹੜਾ ਹੈਗਾ ਨਾ ਫਿਰ ਬਣੇਗਾ ਜੀ ਨਾਸ਼ਤਾ। ਅਲਹਮਦੁਲਿਲਾ ਜੀ ਦੁੱਧ ਚੋ ਲਿਆ ਔਰ ਬੇਗਮ ਸਾਹਿਬਾਂ ਕਹਿ ਰਹੇ ਕਿ ਇਹ ਬੜਾ ਤੰਗ ਕੀਤੀ ਖੜੇ ਨੇ। ਇਹ ਦੇਖੋ ਫੌਜ ਜਿਹੜੀ ਹੈ ਨਾ ਨਿਕਲ ਆਈ ਹੈ, ਛੋਟੀਆਂ ਛੋਟੀਆਂ ਇਹਨਾਂ ਦੀ ਟੰਗਾਂ ਨੇ ਤੇ ਫਿਰ ਵੀ ਨਾ ਪੂਰੇ ਕੁੱਤਰੇ ਨੂੰ ਇਹਨਾਂ ਨਾਲ ਜਿਹੜਾ ਹੈਗਾ ਨਾ ਖਿਲਾਰ ਕੇ ਰੱਖ ਦਿੱਤਾ। ਮੈਂ ਕਹਿੰਦਾ ਦੇਖੋ ਨਾ ਕੀ ਹਾਲ ਕਰ ਦਿੱਤਾ ਇੱਕ ਮਿੰਟ ਦੇ ਵਿੱਚ। ਮਾਮਾ ਆਦੀ ਕੀ ਚੀਜ਼ ਹੈ, ਕੀ ਚੀਜ਼ ਹੈ ਬਲਾ ਕਹਿ ਮਾਮਾ। ਮਾਮਾ ਪਾਪਾ ਹੀ ਸਾਦਾ ਪਾਪਾ, ਪਾਪਾ ਵੀ ਕਹਿ, ਪਾਪਾ ਪਾਪਾ ਵੀ ਕਹਿ ਨਾ ਪਾਪਾ। ਪਾਪਾ ਦੀ ਵੇਰੀ ਹੱਸਣਾ ਹੈ। ਸਭ ਤੋਂ ਪਹਿਲੇ ਨਾਸ਼ਤੇ ਵਿੱਚ ਆਟਾ, ਆਟਾ ਨਹੀਂ ਪਰੌਂਠੇ, ਆਟਾ ਇਹ ਤੇ ਆਟਾ ਹੀ ਹੈ ਨਾ, ਆਟਾ ਗੁੰਨਾਂਗੇ ਨਾ ਤੇ ਫਿਰ ਪਰਾਠੇ ਤੇ ਫਿਰ ਬਾਅਦ ਵਿੱਚ ਬਣਨਗੇ ਨਾ। ਜਿਸ ਤਰ੍ਹਾਂ ਉਸ ਦਿਨ ਕਿਚਨ ਆਪਣੇ ਦੀ ਸੈਟਿੰਗ ਕੀਤੀ ਸੀ ਨਾ ਉਵੇਂ ਸੈਟਿੰਗ ਹੋਈ ਪਈ ਹੈ, ਲੇਕਿਨ ਇੱਕ ਮਸਲਾ ਹੈ ਪਰ ਉਹ ਪਾਣੀ ਲੱਗਿਆ ਸੀ, ਦੀਵਾਰ ਕਿੰਨੀ ਗੰਦੀ ਹੋ ਗਈ, ਖਰਾਬ ਹੋ ਗਈ, ਇਹਦੇ ਕੋਲ ਪਾਣੀ ਵਗੈਰਾ ਵੀ ਥੱਲੋਂ ਆਇਆ ਹੋਇਆ ਤੇ ਹੁਣ ਕੋਸ਼ਿਸ਼ ਕਰਨੇ ਆ ਕਿ ਕਿਸੇ ਦਿਨ ਦੀ ਮੁਕੰਮਲ ਲਿਪਾਈ ਕਰਕੇ ਨਾ ਸਮਾਨ ਇੱਕ ਵਾਰੀ ਬਾਹਰ ਕੱਢ ਲਾਂਗੇ, ਔਖੇ ਸੌਖੇ ਹੋ ਗਏ ਤੇ ਇਹਦੀ ਮੁਕੰਮਲ ਜਿਹੜੀ ਹੈ ਨਾ ਲਿਪਾਈ ਵਗੈਰਾ ਦੁਬਾਰਾ ਕਰਕੇ ਨਾ ਸੋਹਣੀ ਤਰੀਕੇ, ਹਾਂ ਸੋਹਣੀ ਤਰੀਕੇ ਬਿਲਕੁਲ ਸਾਫ਼ ਸੁਥਰਾ ਕਰਕੇ ਨਾ ਤੇ ਫਿਰ ਇਹਦੇ ਵਿੱਚ ਸਮਾਨ ਜੋੜਾਂਗੇ। ਸੁਬਹ ਦੇ ਟਾਈਮ ਮੱਖੀਆਂ ਜਿਹੜਾ ਹੈ ਨਾ ਕਾਫ਼ੀ ਜ਼ਿਆਦਾ ਤੰਗ ਕਰਦੀਆਂ ਜਿਸ ਟਾਈਮ ਆਟਾ ਵਗੈਰਾ ਗੁੰਦਣਾ ਹੋਵੇ, ਅਤੇ ਖਤਰਾ ਵੀ ਹੁੰਦਾ ਕਿ ਆਟੇ ਦੇ ਵਿੱਚ ਮੱਖੀਆਂ ਨਾ ਪੈ ਜਾਣ, ਇਸੇ ਕਰਕੇ ਮਾਸ਼ਾਅੱਲਾ ਇਹ ਜਿਹੜਾ ਸਿਕਿਉਰਟੀ ਗਾਰਡ ਹੈ ਨਾ ਇਹ ਸਾਨੂੰ ਕੰਮ ਦਿੰਦਾ, ਸੁਬਹ ਸੁਬਹ ਸਿੱਟਣਾ ਪੈਂਦਾ ਆਟਾ ਵਗੈਰਾ ਗੁੰਨਣ ਲੱਗਿਆ, ਨਹੀਂ ਤਾਂ ਮੱਖੀਆਂ ਕਾਫ਼ੀ ਜ਼ਿਆਦਾ ਤੰਗ ਕਰਦੀਆਂ ਨੇ। ਆਟਾ ਵਗੈਰਾ ਗੁੰਨ ਲਿਆ ਸੀ ਔਰ ਹੁਣ ਬਾਈ ਸਾਹਿਬ ਅੱਗ ਬਲ ਗਈ ਆ ਔਰ ਪੱਕ ਰਹੀ ਹੈ ਚਾਏ। ਖਰਾਬ ਕੀਤੀ ਬੈਠਾ, ਸਾਰਾ ਨੁਕਸਾਨ ਕੀਤੀ ਬੈਠਾ। ਮਾਚਸ ਜਿਹੜੀ ਹੈਗੀ ਨਾ ਅੱਗ ਵਾਲੀ, ਡੱਬੀਆਂ ਤੀਲੂ ਵਾਲੀਆਂ, ਦੇਖੋ ਸਾਰੀਆਂ ਖਿਲਾਰੀ ਬੈਠਾ ਸੁਬਹ ਸੁਬਹ, ਚੱਲ ਵਿੱਚ ਰੱਖ ਦਿੰਦੇ, ਜਲਦੀ ਕਰ ਜਲਦੀ। ਮੁਰਗੀ ਨੂੰ ਡੱਕ ਦਿੱਤਾ ਅੰਦਰ ਔਰ ਮਾਂ ਪੁੱਤਰ ਦੇਖੋ ਪੀਂਦੇ ਪੈਂਦੇ ਪਾਣੀ ਉੱਪਰ ਖੜ੍ਹੇ ਹੋ ਕੇ। ਔਰ ਮਾਸ਼ਾਅੱਲਾ ਜੀ ਸਾਡਾ ਨਾਸ਼ਤਾ ਤਿਆਰ ਹੋਣਾ ਸ਼ੁਰੂ ਹੋ ਗਿਆ। ਔਰ ਤੁਸੀਂ ਬਿੱਲੀ ਦਾ ਜ਼ਿਕਰ ਕਰਦੇ ਹੋ ਨਾ, ਇਹ ਦੇਖੋ ਇਹ ਬੈਠੀ ਜੀ ਬਿੱਲੀ, ਇੱਕ ਤਾਂ ਮੈਂ ਬਿੱਲੀ ਕਰਕੇ ਵੀ ਮੁਰਗੀਆਂ ਨੂੰ ਅੰਦਰ ਕਰਤਾ, ਮੈਂ ਫਿਰ ਚੂਜ਼ਾ ਜਿਹੜਾ ਹੈਗਾ ਨਾ ਫੜ ਕੇ ਲੈ ਜਾਵੇ ਸਾਡਾ। ਚਾਏ ਵਗੈਰਾ ਵੀ ਬਣ ਕੇ ਰੈਡੀ ਹੋ ਚੁੱਕੀ ਹੈ। ਪਰਿੰਦੇ ਕਰ ਰਹੇ ਨੇ ਸਾਰੇ ਸੁਬਹ ਦਾ ਜਿਹੜਾ ਹੈਗਾ ਨਾ ਨਾਸ਼ਤਾ। ਡਾਲਟਾ ਘੀ ਲੱਗ ਰਿਹਾ ਸਾਡਾ, ਕਦੇ ਕਦੇ ਜਿਹੜਾ ਹੈਗਾ ਨਾ ਦੇਸੀ ਘੀ ਨਾ ਅਸੀਂ ਪਕਾ ਲੈਣਾ, ਅਗਰ ਜ਼ਿਆਦਾ ਹੋ ਜਾਵੇ ਤਾਂ ਫਿਰ, ਨਹੀਂ ਤਾਂ ਡਾਲਟੇ 'ਤੇ ਹੀ ਪੱਕਦੀਆਂ ਨੇ ਰੋਟੀਆਂ।
ਅਲਹਮਦੁਲਿਲਾ ਜੀ ਬੱਚੇ ਵੀ ਆ ਚੁੱਕੇ ਨਾਸ਼ਤਾ ਕਰਨ ਵਾਸਤੇ ਔਰ ਮਾਸ਼ਾਅੱਲਾ ਬੱਦਲ ਜਿਹੜਾ ਹੈਗਾ ਨਾ ਗੱਜਦਾ ਪਿਆ ਗਰਜ ਰਿਹਾ ਯਾਨੀ ਪੰਜਾਬੀ 'ਚ ਗੱਜਦਾ ਪਿਆ ਅਤੇ ਉਰਦੂ ਵਿੱਚ ਗਰਜ ਰਿਹਾ ਅਬਦੁਲ ਵਹਾਬ ਸਾਹਿਬ ਆਪਣਾ ਛੋਟਾ ਪਰਾਠਾ ਜਿਹੜਾ ਹੈਗਾ ਨਾ ਲੈ ਕੇ ਬੈਠਾ ਹੋਇਆ ਖਾ ਲਿਆ ਅੱਗੇ ਹੁਣ ਹੈਂ ਔਰ ਇਹ ਤਾਂ ਜਿਹੜਾ ਹੈਗਾ ਨਾ ਆਪਣੀ ਸਿਸਟਰ ਨਾ ਔਰ ਇਹ ਦੇਖੋ ਇਹ ਵੀ ਬੈਕ ਸਾਈਡ 'ਤੇ ਆਈ ਬੈਠੀ ਇਹਨੂੰ ਵੀ ਠੰਡੀ ਕਰਕੇ ਰੋਟੀ ਪਾਓ ਸ਼ਹਿਰ ਗਿਆ ਹੋਇਆ ਸੀ ਪਰਿੰਦਿਆਂ ਵਾਸਤੇ ਲੈ ਕੇ ਆਉਂਦੇ ਨੇ ਜੀ ਦਾਣੇ ਮਿਕਸ ਠੀਕ ਹੈ ਜਿਨ੍ਹਾਂ ਵਿੱਚ ਹਰ ਚੀਜ਼ਾਂ ਮੌਜੂਦ ਨੇ ਤਾਂ ਨਜ਼ਰ ਆ ਰਿਹਾ ਹੋਵੇਗਾ ਦੇਖੋ ਮਾਸ਼ਾਅੱਲਾ ਜ਼ਬਰਦਸਤ ਦਾਣਾ ਔਰ ਇਸ ਤੋਂ ਇਲਾਵਾ ਆਪਣੀ ਜਿਹੜੀ ਹੈ ਨਾ ਨਵੀਂ ਦਾਤਰੀ ਲੈ ਆ ਜੀ 250 ਰੁਪਏ ਦੀ ਮਿਲੀ ਹੈ ਜੀ ਦਾਤਰੀ ਪਹਿਲੇ ਵਾਲੀ ਦਾਤਰੀ ਬੜੀ ਗੰਦੀ ਹੋਈ ਪਈ ਸੀ ਪੱਠੇ ਵੱਡੇ ਨਹੀਂ ਜਾਂਦੇ ਸੀ ਔਰ ਇਹਦੇ ਦੰਦੇ ਚੈੱਕ ਕਰੋ ਕਿੰਨੇ ਜ਼ਬਰਦਸਤ ਨੇ ਔਰ ਇਹ ਤੁਹਾਨੂੰ ਦਿਖਾਵਾਂ ਇਹ ਬੁਰੇ ਹਾਲ ਹੋਏ ਪੈਣਾ ਦੇਖੋ ਉਹਨਾਂ ਦੇ ਔਰ ਇੱਕ ਇਹ ਦੇਖੋ ਹਿਲਦੀ ਪਈ ਸੀ ਬਿਲਕੁਲ ਯਾਰ ਇੱਥੋਂ ਬਿਲਕੁਲ ਖਰਾਬ ਹੋ ਗਈ ਸੀ ਪੱਠੇ ਵੱਡੇ ਨਹੀਂ ਜਾਂਦੇ ਸੀ ਮੈਂ ਇਹ ਥੋੜ੍ਹੀ ਬਹੁਤੀ ਆਪਣੀ ਜਿਹੜੀ ਨਾ ਬੱਚਤ ਕਰੀਏ ਤਾਂ ਨਵੀਂ ਦਾਤਰੀ ਲੈ ਆਉਂਦੀ ਹੈ ਪੈਰ ਦਾ ਟਾਈਮ ਹੈ ਤਕਰੀਬਨ 1 ਵੱਜ ਗਿਆ ਔਰ ਖਾਣ ਪੀਣ ਦੀ ਚੱਲ ਰਹੀ ਹੈ ਤਿਆਰੀ ਔਰ ਮੈਂ ਲੈ ਕੇ ਆਉਂਦੇ ਜੀ ਫਲਸਾ ਮੈਂ ਬੇਗਮ ਸਾਹਿਬਾਂ ਨੇ ਕਿਹਾ ਫਲਸੇ ਦਾ ਬਣਾਓ ਜੀ ਸ਼ਰਬਤ ਗਰਮੀਆਂ ਦਾ ਧੋਰ ਇਹ ਦੇਖੋ ਜੀ ਫਲਸੇ ਨੂੰ ਕੀਤਾ ਜਾ ਰਿਹਾ ਸਾਫ ਔਰ ਧੋਵਾਂਗੇ ਧੋ ਕੇ ਫਿਰ ਇਹਦਾ ਜੇ ਬਣੇਗਾ ਜੀ ਜੂਸ ਪਰਿੰਦਿਆਂ ਦਾ ਖੂਬਸੂਰਤ ਘਰ ਜਿਹੜਾ ਹੈਗਾ ਨਾ ਤਿਆਰ ਹੋ ਰਿਹਾ ਔਰ ਪਾਣੀ ਵਗੈਰਾ ਪੀ ਕੇ ਫਲਸਿਆਂ ਦਾ ਜੂਸ ਅਸੀਂ ਲੱਗੇ ਹੋਏ ਹਾਂ ਇਹ ਵਾਲੀਆਂ ਦੋ ਜਿਹੜੀਆਂ ਹੈਂਡਾਂ ਲਾਈਆਂ ਨੇ ਜੀ ਇਹ ਕੋਈ ਨਾ ਬੰਨ ਬੁਣ ਕੇ ਅੱਛੀ ਤਰੀਕੇ ਮਜ਼ਬੂਤ ਕਰਕੇ ਲਾਈ ਇਹਨਾਂ ਉੱਪਰ ਜਿਹੜਾ ਹੈਗਾ ਨਾ ਪਰਿੰਦੇ ਬੈਠੇ ਕਰਨਗੇ ਆਰਾਮ ਸਕੂਨ ਦੋ ਲਾਈਆਂ ਨੇ ਕਦਰੋਂ ਦੀ ਲਾ ਦਿੱਤੀ ਹੈ ਕਦਰੋਂ ਦੀ ਲਾ ਦਿੱਤੀ ਹੈ ਇਹ ਦੇਖਣਾ ਐਵੇਂ ਹਾਲ ਡਰੀ ਰੱਖਦੇ ਨੇ ਪੱਚੀ ਰੱਖਦੇ ਨੇ ਕੌਂਸਲਿਆਂ ਨੂੰ ਜਿਹੜਾ ਹੈਗਾ ਨਾ ਧੋਇਆ ਜਾ ਰਿਹਾ ਕਿਉਂਕਿ ਮੈਨੂੰ ਨਾ ਇੱਕ ਕਮੈਂਟ ਆਇਆ ਸੀ ਮੇਰੇ ਬੜਾ ਕਮੈਂਟ ਪਸੰਦ ਆਇਆ ਸੀ ਉੱਤੇ ਲਿਖਿਆ ਹੋਇਆ ਸੀ ਕਿ ਤੁਸੀਂ ਜਿਹੜਾ ਹੈਗਾ ਨਾ ਇਹਨਾਂ ਨੂੰ ਧੋ ਕੇ ਅਤੇ ਇਹਨਾਂ ਨੂੰ ਨਾ ਕਲਰ ਕਰਕੇ ਰੰਗ ਕਰਕੇ ਫਿਰ ਜਿਹੜਾ ਹੈਗਾ ਨਾ ਵੇਚ ਤੁਸੀਂ ਲਾਉਣਾ ਹੈ ਕਲਰ ਕੀਤੇ ਹੋਏ ਵਾਕਈ ਬੜੇ ਖੂਬਸੂਰਤ ਲੱਗਣਗੇ ਜ਼ਬਰਦਸਤ ਲੱਗਣਗੇ ਦੋ ਕਲਰ ਕਰਾਂਗੇ ਪੀਲਾ ਔਰ ਰੈੱਡ ਕਲਰ ਦਾ ਜਿਸ ਤਰ੍ਹਾਂ ਦਾ ਪਹਿਲੇ ਆ ਖੁੱਡਿਆਂ ਦਾ ਹੋਇਆ ਹੁੰਦਾ ਰੈੱਡ ਹੋਇਆ ਹੁੰਦਾ ਪੀਲਾ ਹੋਇਆ ਹੈ ਅਤੇ ਵਿੱਚ ਜਿਹੜੇ ਗੌਂਸਲੇ ਵਗੈਰਾ ਲਾਉਣੇ ਨੇ ਇਹ ਮੇਰੇ ਕੋਲ ਰੈੱਡ ਕਲਰ ਦੀ ਰੰਗ ਪਈ ਸੀ ਨਾ ਅਤੇ ਡੱਬਾ ਤੁਹਾਨੂੰ ਦਿਖਾਉਣਾ ਅਤੇ ਇਹਨਾਂ ਨੂੰ ਰੈੱਡ ਕਰਨ ਲੱਗਿਆਂ ਅਤੇ ਨੈਕਸਟ ਉੱਤੋਂ ਹੋਰ ਅਗਰ ਲੈ ਕੇ ਆਉਂਦੇ ਨਾ ਗੌਂਸਲੇ ਵਗੈਰਾ ਅਤੇ ਉਹਨਾਂ ਦਾ ਕਲਰ ਜਿਹੜਾ ਹੈਗਾ ਨਾ ਪੀਲਾ ਕਰਾਂਗੇ ਦੇਖੋ ਰੈੱਡ ਰੰਗ ਜਿਹੜੀ ਹੈ ਨਾ ਮੇਰੇ ਕੋਲ ਪਹਿਲੇ ਦੀ ਪਈ ਸੀ ਬੁਰਸ਼ ਵੀ ਆ ਗਿਆ ਇਹਨਾਂ ਨੂੰ ਕਰ ਦਿੰਦੇ ਹਾਂ ਰੈੱਡ ਅਤੇ ਨੈਕਸਟ ਜਿਹੜੇ ਨਵੇਂ ਲੈ ਕੇ ਆਉਂਦੇ ਨਾ ਉਹਨਾਂ ਨੂੰ ਜਿਹੜਾ ਹੈਗਾ ਨਾ ਫਿਰ ਪੀਲਾ ਕਲਰ ਕਰਾਂਗੇ ਬਸ ਦੋ ਦੇ ਬਸ ਦਰਮਿਆਨਾ ਧੋਤੀ ਆ ਬਸ ਇਹਨਾਂ ਲਾਹਵਣ ਦੀ ਜ਼ਰੂਰਤ ਹੀ ਕੋਈ ਨਹੀਂ ਬਸ ਉੱਤੇ ਆਪਾਂ ਕਲਰ ਕਰ ਦੇਣਾ ਹਵਾ ਦੇਖੋ ਮਾਸ਼ਾਅੱਲਾ ਚੱਲੀ ਹੋਈ ਆ ਬਿਹਤਰੀਨ ਅੱਜ ਤਾਂ ਗਰਮੀ ਮਹਿਸੂਸ ਹੀ ਨਹੀਂ ਹੋ ਰਹੀ ਬਿਲਕੁਲ ਹੀ ਖਰਗੋਸ਼ ਕਰ ਰਹੀ ਹੈ ਜੀ ਆਰਾਮ ਰੰਗ ਜਿਹੜਾ ਹੈਗਾ ਨਾ ਸਟਾਰਟ ਕੀਤਾ ਹੋਇਆ ਔਰ ਮਾਸ਼ਾਅੱਲਾ ਇੱਕ ਜਿਹੜੇ ਹੈਗੀ ਨਾ ਉਹ ਚਮਕ ਰਹੀ ਹੋਵੇ ਗਈ ਦੂਰੋਂ ਇੱਕ ਨੂੰ ਮੈਂ ਕਲਰ ਵਗੈਰਾ ਜਿਹੜਾ ਹੈਗਾ ਨਾ ਕਰਕੇ ਰੱਖਿਆ ਇੰਨੀ ਪਿਆਰੀ ਲੱਗ ਰਹੀ ਨੇ ਵੈਸੇ ਵਾਕਈ ਨਾ ਕਲਰ ਕੀ ਕਰਨ ਨਾਲ ਨਾ ਬੜੀਆਂ ਖੂਬਸੂਰਤ ਲੱਗ ਰਹੀਆਂ ਨੇ ਬਿਹਤਰੀਨ ਲੇਕਿਨ ਇਹ ਹੈ ਕਿ ਕੱਪੜੇ ਬਚਾ ਰਹੇ ਹਾਂ ਕੱਪੜੇ ਮੇਰੇ ਨਵੇਂ ਨੇ ਕਿਤੇ ਖਰਾਬ ਨਾ ਹੋ ਜਾਵਣ ਔਰ ਰੰਗ ਦੇ ਵਿੱਚ ਆਇਲ ਵਗੈਰਾ ਸ਼ਾਮਿਲ ਕੋਈ ਨਹੀਂ ਕੀਤਾ ਉਵੇਂ ਹੀ ਜਿਹੜੀ ਹੈਗੀ ਨਾ ਕਲਰ ਬੜਾ ਤੇਜ਼ ਹੋ ਰਿਹਾ ਜ਼ਬਰਦਸਤ ਇੱਕ ਇੱਕ ਕੋਟ ਹੋ ਰਿਹਾ ਦੇਖੋ ਨਾ ਮੈਂ ਕਹਿੰਦਾ ਖੀਰ ਹੋ ਰਹੀ ਹੈ ਜ਼ਬਰਦਸਤ ਕਲਰ ਤਾਂ ਮੈਂ ਕਰ ਰਿਹਾ ਇਹ ਵੀ ਹੋ ਗਈ ਹੈ ਹੁਣ ਇੱਕ ਪਰੇਸ਼ਾਨੀ ਹੈ ਉਹ ਨਾ ਹੋਵੇ ਇੱਕ ਪਰਿੰਦੇ ਦੇ ਵਿੱਚ ਬੈਠਣ ਵੀ ਨਾ ਲਾਲ ਸਮਝ ਕੇ ਉਹ ਨਾ ਬੈਠਣ ਨਾ ਇਹ ਨਾ ਮਸਲਾ ਬਣੇ ਪਰਿੰਦੇ ਵਿੱਚ ਬਹਿ ਕੇ ਤਾਂ ਫਿਰ ਤਾਂ ਕੋਈ ਨਹੀਂ ਮਸਲਾ ਕਿਉਂਕਿ ਅੱਗੇ ਨੋਰਮਲ ਸੀ ਹੁਣ ਕਲਰ ਹੋ ਗਿਆ ਅਤੇ ਉਹ ਨਾ ਹੋਵੇ ਕਿ ਲਾਲ ਕਲਰ ਦਾ ਚੱਲਿਆ ਹੋਇਆ ਜੇ ਜ਼ਾਇਆ ਬੜਾ ਹੋ ਰਿਹਾ ਇਸ ਤਰ੍ਹਾਂ
ਕਿੰਨੀਆਂ ਜ਼ਿਆਦਾ ਪਿਆਰੀਆਂ ਲੱਗ ਰਹੀਆਂ ਨੇ, ਚਮਕ ਰਹੀਆਂ ਨੇ, ਚਾਰੇ ਜਿਹੜੀਆਂ ਨੇ ਕਲਰ ਕਰ ਦਿੱਤੀਆਂ ਨੇ। ਕੱਲ੍ਹ ਕੇ ਰੋਟੀ ਪਾਣੀ ਖਾਂਦੇ ਹਾਂ, ਸਾਲਨ ਜਿਹੜਾ ਨਾ ਕੱਲ੍ਹ ਦਾ ਹੀ ਪੱਕਿਆ ਹੋਇਆ ਭਿੰਡੀਆਂ ਦਾ, ਉਹ ਸਿਰਫ ਰੋਟੀਆਂ ਬੇਗਮ ਸਾਹਿਬਾ ਜਿਹੜਾ ਨੇ ਪਕਾ ਰਹੀ, ਪਤਾ ਨਹੀਂ ਪਕਾ ਰਹੀ ਹੈ ਕਿ ਪਕਾ ਲਈਆਂ ਨੇ। ਰੋਟੀ ਖਾਂਦੇ ਹਾਂ ਤੱਕ ਇਹ ਵੀ ਜਿਹੜਾ ਹੈਗਾ ਨਾ ਖੁਸ਼ਕ ਹੋ ਜਾਣਗੀਆਂ, ਫਿਰ ਵਾਪਸੀ 'ਤੇ ਆ ਕੇ ਇਹਨਾਂ ਨੂੰ ਜਿਹੜਾ ਹੈਗਾ ਨਾ ਅੰਦਰ ਕਰਾਂਗੇ ਸ਼ਿਫਟ। ਹੱਥ ਹੋ ਚੁੱਕੇ ਨੇ ਮੇਰੇ ਲਾਲ, ਬੜੀ ਕੋਸ਼ਿਸ਼ ਕੀਤੀ ਹੈ ਰੰਗ ਜਿਹੜੀ ਨੇ ਲੈਂਦੀ ਨਹੀਂ, ਵੀ ਬੇਗਮ ਸਾਹਿਬਾ ਪਕਾ ਰਹੀ ਹੈ ਰੋਟੀਆਂ। ਰੋਟੀਆਂ ਲੱਗੀਆਂ ਪਈਆਂ ਜੀ ਸਾਰੀਆਂ ਵਿੱਚ, ਕੋਈ ਦੋ ਤਿੰਨ ਹਾਲੇ ਵਿੱਚ ਖੜੀਆਂ ਹੋਈਆਂ, ਉਹ ਸਾਹਮਣੇ ਵਾਲੀ ਸੜੀ ਜਾਂਦੀ ਹੈ। ਜਲਦੀ ਜਲਦੀ ਲਾ ਲਓ, ਮਾਸ਼ਾਅੱਲਾ ਚੈੱਕ ਕਰੋ ਜੀ, ਇਹ ਪੱਕੀਆਂ ਹੋਈਆਂ ਨਾ ਘੀ ਵਾਲੀਆਂ ਰੋਟੀਆਂ, ਫਰੈਸ਼ ਫਰੈਸ਼। ਤਿਆਰ ਹੋ ਜਾਓ ਤੁਹਾਡਾ, ਮੈਂ ਘਰ ਜਿਹੜਾ ਹੈਗਾ ਨਾ ਰੰਗ ਰੁੰਗ ਕਰ ਆਇਆ, ਹਾਲੇ ਆਪਣਾ ਅਸੀਂ ਰੰਗ ਜਿਹੜਾ ਹੈਗਾ ਨਾ ਘਰ ਕੀਤਾ ਨਹੀਂ, ਅਸੀਂ ਪਰਿੰਦਿਆਂ ਦਾ ਘਰ ਰੰਗ ਰੁੰਗ ਕਰ ਵੀ ਦਿੱਤਾ, ਆਪਣਾ ਵੀ ਅਸੀਂ ਘਰ ਰੰਗ ਕਰਨਾ। ਇੱਕ ਰਹਿ ਗਈ ਹੈ, ਹਾਂਜੀ ਅਬਦੁਲ ਵਹਾਬ ਦੀ ਸਪੈਸ਼ਲ ਰੋਟੀ ਪੱਕਦੀ ਜੀ, ਅਲੱਗ ਹੈ ਛੋਟੀ ਰੋਟੀ। ਘਰ ਦਾ ਤਾਜ਼ਾ ਫਰੈਸ਼ ਦੇਸੀ ਅਚਾਰ ਔਰ ਨਾਲ ਲੱਸੀ ਅਤੇ ਨਾਲ ਮੱਖੀਆਂ ਫਰੀਆਂ 'ਚ, ਅਤੇ ਇਹ ਦੇਖੋ ਅਚਾਰ ਪਿਆ, ਗੜਵਾ ਜਿਹੜਾ ਨਾ ਲੱਸੀ ਦਾ ਅਸੀਂ ਬਣਾਇਆ ਅਤੇ ਖਾ ਰਿਹਾ ਜੀ ਦੁਪਹਿਰ ਦਾ ਰੋਟੀ ਪਾਣੀ। ਅਲਹਮਦੁਲਿਲਾ ਜੀ ਰੋਟੀ ਵਗੈਰਾ ਖਾ ਲਈ ਸੀ ਔਰ ਤੋੜ ਰਿਹਾ ਜੀ ਹੁਣ ਸਬਜ਼ੀਆਂ, ਤਾਜ਼ੀਆਂ ਤਾਜ਼ੀਆਂ ਫਰੈਸ਼ ਫਰੈਸ਼, ਕਿਉਂਕਿ ਨਵੀਆਂ ਲੱਗਦੀਆਂ ਨਹੀਂ, ਨਵੀਆਂ ਸਬਜ਼ੀਆਂ ਲੱਗ ਰਹੀਆਂ। ਔਰ ਬੈਂਗਣ ਦੇਖੋ ਤੁਸੀਂ, ਇੰਝ ਲੱਗਦਾ ਜਿਵੇਂ ਆਂਡੇ ਹੋਣਾ। ਦੇਖੋ ਇੰਨੀਆਂ ਸਾਰੀਆਂ ਸਬਜ਼ੀਆਂ ਤੋੜੀਆਂ ਨੇ, ਕੋਈ ਸ਼ਾਇਦ ਕੋਈ ਨਹੀਂ ਸੀ, ਜ਼ਮੀਨ 'ਤੇ ਰੱਖੀਆਂ ਨੇ, ਉਹਦੇ ਨਾਲ ਧੋ ਲਵਾਂਗੇ ਕੋਈ ਨਹੀਂ ਮਸਲਾ, ਕਿਉਂਕਿ ਜ਼ਮੀਨ ਸਾਫ਼ ਸੁਥਰੀ। ਔਰ ਇਹਨਾਂ ਬੈਂਗਣਾਂ ਦੀ ਪਹਿਲੀ ਵਾਰੀ ਸਾਲਣ ਪਕਾਉਣਾ ਅਸੀਂ, ਦੇਖੋ ਕਿੰਨੇ ਵਾਈਟ ਵਾਈਟ ਜ਼ਬਰਦਸਤ ਬੈਂਗਣ ਨੇ। ਸਾਰੇ ਬੈਂਗਣ ਜਿਹੜੇ ਹੈਗੇ ਨਾ ਤੋੜ ਲੈਣੇ ਹੁਣ, ਨਾ ਨਵੇਂ ਲੱਗਣਗੇ ਨਾ ਉੱਤੇ। ਦੇਖਣ ਆਇਆ ਸੀ ਕਿ ਇਹ ਜਿਹੜੀ ਮਿਹਨਤ ਕੀਤੀ ਇਹ ਹੱਲ ਹੋਈ ਪਈ ਹੈ ਕਿ ਨਹੀਂ ਹੋਈ ਪਈ। ਹਾਂ ਬਿਲਕੁਲ ਖੁਸ਼ਕ ਹੋਏ ਪਏ ਨੇ, ਜ਼ਬਰਦਸਤ ਹੋ ਗਿਆ, ਬਿਹਤਰੀਨ। ਹਾਂ ਦੇਖੋ ਬੁਲਬੁਲਾ ਨਿਕਲਿਆ ਪਿਆ, ਬਿਲਕੁਲ ਖੁਸ਼ਕ ਹੋ ਗਏ ਨੇ। ਹੁਣ ਇਹਨਾਂ ਨੂੰ ਰੱਸੀਆਂ ਵਗੈਰਾ ਬੰਨ ਕੇ, ਨਾ ਰੱਸੀਆਂ ਨਹੀਂ ਲੋਹੇ ਦੀਆਂ ਤਾਰਾਂ ਨਾਲ ਨਾ ਲਮਕਾਉਣਾ ਇੱਥੇ ਉੱਪਰ ਵਾਲੀ ਸਾਈਡ 'ਤੇ। ਬਸ ਨਾ ਦੁਆ ਕਰੋ, ਮਾਸ਼ਾਅੱਲਾ ਸਾਡੇ ਇਲਾਕੇ 'ਚ ਬੱਦਲ ਆ ਗਏ ਨੇ, ਸੁਬਹਾਨ ਅੱਲਾ, ਮਾਸ਼ਾਅੱਲਾ, ਮਾਸ਼ਾਅੱਲਾ, ਅਲਹਮਦੁਲਿਲਾ, ਕਿਆ ਬਾਤ ਯਾਰ, ਚੈੱਕ ਕਰੋ ਸਾਰੇ ਬੱਦਲ ਬਣੇ ਹੋਏ ਨੇ। ਔਰ ਬੱਦਲ ਜਿਹੜਾ ਨਾ ਗਰਜ ਵੀ ਰਿਹਾ ਸੀ, ਅੱਲਾ ਕਰੇ ਬਾਰਿਸ਼ ਹੋ ਜਾਵੇ ਨਾ, ਤਾਂ ਕਿਆ ਹੀ ਬਾਤ ਹੈ, ਬੱਦਲ ਬਣਨ ਦਾ ਕੋਈ ਫਾਇਦਾ ਨਹੀਂ, ਸੁਬਹ ਸੁਬਹ ਹੀ ਬਣੇ ਸੀ। ਲੇਕਿਨ ਨਾ ਹੁਣ ਬਾਰਿਸ਼ ਹੋਵੇ ਨਾ ਤਾਂ ਮਜ਼ਾ ਤਾਂ ਆਵੇਗਾ, ਕਿੰਨੇ ਪਿਆਰੇ ਪਿਆਰੇ ਬਣ ਗਏ ਨਾ। ਆਹ ਸਰਦੀਆਂ ਦੇ ਅੰਦਰ ਇਹੀ ਬੱਦਲ ਬੜੇ ਬੁਰੇ ਲੱਗਦੇ ਨੇ, ਲੇਕਿਨ ਅੱਜ ਕੱਲ੍ਹ ਅਸਲ 'ਤੇ ਨਾ ਜਦੋਂ ਦੀ ਮਸਲ ਗੰਦਮ ਦੀ ਕਟਾਈ ਵਗੈਰਾ ਹੋਈ ਹੈ ਨਾ, ਅਤੇ ਉਸ ਤੋਂ ਬਾਅਦ ਅੱਗੇ ਤਾਂ ਆਉਂਦੀਆਂ ਹੀ ਆਉਂਦੀਆਂ ਸੀ ਔਰ ਉਸ ਤੋਂ ਇਲਾਵਾ ਬਾਰਿਸ਼ਾਂ ਹੀ ਬਹੁਤ ਆਉਂਦੀਆਂ ਸੀ, ਲੇਕਿਨ ਇਸ ਵਾਰੀ ਨਾ ਇੱਕ ਬਾਰਿਸ਼ ਵੀ ਨਹੀਂ ਹੋਈ ਔਰ ਆਂਧੀ ਵਗੈਰਾ ਵੀ ਐਡੀ ਸਖ਼ਤ ਜ਼ਬਰਦਸਤ ਕੋਈ ਨਹੀਂ, ਆਂਧੀ ਤਾਂ ਨਾ ਹੀ ਆਵੇ ਤਾਂ ਬਿਹਤਰ, ਲੇਕਿਨ ਬਾਰਿਸ਼ਾਂ ਦਾ ਹੋਣਾ ਨਾ ਜ਼ਰੂਰੀ ਹੈ, ਕਿਉਂਕਿ ਪੌਦੇ ਹੋ ਗਏ, ਪਰਿੰਦੇ ਹੋ ਗਏ, ਚਾਹੇ ਇਨਸਾਨ ਹੋ ਗਏ, ਜਾਨਵਰ ਹੋ ਗਏ, ਸਾਰਿਆਂ ਦਾ, ਸਾਰੀਆਂ ਚੀਜ਼ਾਂ ਦਾ ਜਿਹੜਾ ਹੈਗਾ ਨਾ ਬੁਰਾ ਹਾਲ ਹੈ। ਔਰ ਮੇਰੀਆਂ ਸੋਲਰ ਪਲੇਟਾਂ ਜਿਹੜੀਆਂ ਹੈਗੀਆਂ ਉਹ ਵੀ ਸਾਰੀਆਂ ਖਰਾਬ ਹੋਈਆਂ ਪਈਆਂ, ਫਰੀਆਂ 'ਚ ਸਾਫ਼ ਹੋ ਜਾਣਗੀਆਂ, ਉਹ ਦੇਖੋ ਵਾਈਟ ਹੋਈਆਂ ਪੀਣ, ਗੱਟਾ ਮਿੱਟੀ ਲੱਗ ਲੱਗ ਕੇ ਨਾ ਬਿਲਕੁਲ ਹੀ, ਅਤੇ ਇਹ ਵੀ ਫਰੀਆਂ 'ਚ ਰਾਤ ਨੂੰ ਜਿਹੜਾ ਹੈਗਾ ਨਾਰ ਨੂੰ ਲਵਣਗੀਆਂ। ਰਾਤ ਨੂੰ ਇਸ ਕਰਕੇ ਕਹਿ ਰਿਹਾ ਕਿਉਂਕਿ 6 ਵੱਜਣ ਵਾਲੇ ਨੇ, ਅਤੇ ਅਗਰ ਬਾਹਰ ਹੋਵੇਗੀ ਘੰਟੇ ਡੇਢ ਤੱਕ ਹੀ ਬਾਰਿਸ਼ ਹੋਈ ਨਾ, ਤਕਰੀਬਨ ਸ਼ਾਮ ਹੋ ਜਾਣੀ ਹੈ। ਕਾਫੀ ਸਾਰੀ ਮਿਹਨਤ ਤੋਂ ਬਾਅਦ ਅਲਹਮਦੁਲਿਲਾ ਜੀ ਲੱਗ ਚੁੱਕੇ ਨੇ ਸਾਡੇ ਗੌਂਸਲੇ, ਕਿੰਨੇ ਪਿਆਰੇ ਜ਼ਬਰਦਸਤ ਲੱਗ ਰਹੇ ਨੇ, ਕਿਆ ਬਾਤ ਹੈ ਜੀ। ਹੁਣ ਬਾਕੀ ਇਸੇ ਤਰ੍ਹਾਂ ਦੇ ਨਾ ਪੀਲੇ ਕੋਈ ਕਲਰ ਕਰਾਂਗੇ, ਰੰਗ ਬਿਰੰਗੇ ਨਾ ਹੋਰ ਵੀ ਲਿਆ ਕੇ ਲਾਵਾਂਗੇ, ਤਾਂ ਕਿ ਨਾ ਜ਼ਿਆਦਾ ਡੈਕੋਰੇਸ਼ਨ ਸਾਡਾ ਜਿਹੜਾ ਹੈਗਾ ਨਾ ਖੁੱਡਾ ਲੱਗੇਗਾ ਜ਼ਬਰਦਸਤ।
ਔਰ ਇਹਨਾਂ ਦੋਨਾਂ ਸ਼ਿਕਾਰੀਆਂ ਨੂੰ ਨਾ ਇਸ ਕਮਰੇ ਦੇ ਅੰਦਰ ਸ਼ਿਫਟ ਕਰਨਾ, ਜਿਹੜਾ ਇਹ ਵਾਲਾ ਦੂਸਰਾ ਤੂੜੀ ਵਾਲਾ, ਤੂੜੀ ਵਿੱਚੋਂ ਚੱਕ ਕੇ ਜਿਹੜੀ ਹੈਗੀ ਨਾ ਬਾਹਰ ਰੱਖਣੀ ਆ। ਇਨਸ਼ਾਅੱਲਾ ਸੁਬਹ ਜਿਹੜਾ ਹੈਗਾ ਨਾ, ਹੁਣ ਜਿਨ੍ਹਾਂ ਨੇ ਉੱਧਰ ਪਰਿੰਦਿਆਂ ਨੇ ਅੰਡੇ ਵਗੈਰਾ ਨਹੀਂ ਨੇ ਦਿੱਤੇ ਹੋਏ, ਉਹਨਾਂ ਨੂੰ ਜਿਹੜਾ ਹੈਗਾ ਨਾ ਇਸ ਘਰ ਵਿੱਚ ਕਰਾਂਗੇ ਸ਼ਿਫਟ, ਔਰ ਇਹ ਤੂੜੀ ਚੱਕ ਕੇ ਬਾਹਰ ਰਖਾ ਦੇਵਾਂਗੇ, ਔਰ ਇਹਨਾਂ ਜਿਹੜੇ ਪਰਿੰਦੇ ਜਿਹੜੇ ਦੋ ਫਿਰਦੇ ਨੇ ਮੁਰਗੇ ਜੇ, ਇਹਨਾਂ ਨੂੰ ਇੱਧਰ ਸ਼ਿਫਟ ਕਰ ਦੇਵਾਂਗੇ, ਔਰ ਇਹਦੇ ਵਿੱਚ ਸਾਰੇ ਜਿਹੜੇ ਹੈਗੇ ਨੇ ਤੋਤੇ ਜਿਹੜੇ ਫਿਰਦੇ ਨੇ ਉਹ ਇੱਧਰ ਸ਼ਿਫਟ ਕਰ ਦੇਵਾਂਗੇ। ਹੁਣ ਘਰ ਵਗੈਰਾ ਵੀ ਅਲੱਗ ਹੈ, ਔਰ ਉਹਨਾਂ ਦੇ ਬੈਠਣ ਦੀ ਜਗ੍ਹਾ ਵੀ ਬਣ ਗਈ, ਬਾਕੀ ਖਾਣ ਪੀਣ ਦਾ ਇੰਤਜ਼ਾਮ ਵੀ ਸਮਝ ਲਓ ਕਿ ਉਹ ਤਾਂ ਅਡਜੈਂਟੀ ਹੋ ਜਾਣਾ, ਅਤੇ ਮੁਕੰਮਲ ਰੈਡੀ ਹੋ ਗਿਆ ਕੰਮ ਜ਼ਬਰਦਸਤ। ਆਂਧੀ ਜਿਹੜੀ ਹੈ ਨਾ ਇਸ ਸਾਈਡ ਤੋਂ ਆ ਰਹੀ ਹੈ ਮੱਠੀ ਮੱਠੀ, ਪਤਾ ਨਹੀਂ ਕੀ ਚੱਕਰ ਹੈ, ਕਾਫੀ ਜ਼ਿਆਦਾ ਗੱਟਾ ਮਿੱਟੀ ਨਾਲ ਜਿਹੜਾ ਹੈਗਾ ਨਾ ਇਸ ਸਾਈਡ 'ਤੇ ਨਜ਼ਰ ਆ ਰਿਹਾ। ਸੋਚਿਆ ਸੀ ਬਾਰਿਸ਼ ਹੋਵੇਗੀ, ਆਂਧੀ ਤੂੰ ਲੱਗ ਨੂੰ ਕਿਹਾ ਸੀ ਆਂਧੀ ਨਾ ਆਵੇ, ਅਤੇ ਆਂਧੀ ਜਿਹੜਾ ਹੈਗਾ ਨਾ ਆ ਗਈ ਹੈ, ਲੇਕਿਨ ਹਾਲੇ ਤੱਕ ਸਾਡੇ ਕੋਲ ਨਹੀਂ ਪਹੁੰਚੀ, ਲੇਕਿਨ ਆਸਤਾ ਆਸਤਾ ਪਿੱਛੇ ਆ ਰਹੀ ਹੈ। ਆਂਧੀ ਆ ਰਹੀ ਹੈ, ਆਹ ਮੱਠੀ ਮੱਠੀ ਰਹੀ ਹੈ ਸਾਡੇ ਵਾਲੀ ਸਾਈਡ 'ਤੇ, ਅਸਲ 'ਤੇ ਨਾ ਆਂਧੀ ਕੰਮ ਹੈ, ਉਹ ਦੂਰ ਦੂਰ ਤਾਂ ਨਜ਼ਰ ਆ ਰਹੀ ਹੋਵੇਗੀ, ਇਸ ਸਾਈਡ 'ਤੇ ਹਾਲੇ ਤੱਕ ਉਹ ਨਹੀਂ ਆਈ। ਦੂਰ ਦੂਰ ਕਾਫੀ ਜ਼ਿਆਦਾ ਗੱਟਾ ਮਿੱਟੀ ਨਜ਼ਰ ਆ ਰਿਹਾ, ਸ਼ੁਕਰ ਹੈ ਕਿ ਸਾਡੇ ਵਾਲੇ ਪਾਸੇ ਨਹੀਂ ਹੈ। ਉਹ ਦੇਖੋ ਨਾ ਪਿੰਡ ਦੀ ਪਰਲੀ ਸਾਈਡ 'ਤੇ ਨਾ ਕਿੰਨਾ ਜ਼ਿਆਦਾ ਗੱਟਾ ਹੈ, ਉਹ ਸਾਈਡ 'ਤੇ ਆਂਧੀ ਚੱਲੀ ਹੋਈ ਹੈ। ਇਤਨੇ ਦਿਨਾਂ ਬਾਅਦ ਅੱਜ ਜਾ ਕੇ ਕੋਈ ਸਕੂਨ ਮਹਿਸੂਸ ਹੋ ਰਿਹਾ ਹੈ, ਉਹਦੀ ਵਜ੍ਹਾ ਹੈ ਕਿ ਤਕਰੀਬਨ ਸਾਰਾ ਦਿਨ ਬੱਦਲ ਬਣੇ ਨੇ, ਦੁਪਹਿਰ ਟਾਈਮ ਥੋੜ੍ਹੇ ਜਿਹੇ ਘੱਟ ਗਏ ਸੀ, ਲੇਕਿਨ ਉਸ ਤੋਂ ਬਾਅਦ 2-3 ਘੰਟੇ ਬੱਦਲ ਬਣੇ ਨੇ, ਫਿਰ ਨਾ ਆਂਧੀ ਚੱਲੀ ਹੈ ਮਾੜੀ ਮਾੜੀ, ਔਰ ਹੁਣ ਵੀ ਥੋੜ੍ਹੀ ਥੋੜ੍ਹੀ ਨਾ ਹਵਾ ਚੱਲੀ ਹੋਈ ਹੈ, ਅਤੇ ਬਿਲਕੁਲ ਨਾ ਸ਼ਾਮ ਹੋ ਗਈ ਜੇ। ਪੱਠੇ ਵੱਢਣ ਗਏ ਹੋਏ ਸੀ, ਪੱਠੇ ਵੱਢ ਕੇ ਮੱਝ ਨੂੰ ਕੁਤਰ ਕੇ ਪਾ ਵੀ ਦਿੱਤੇ, ਦੁੱਧ ਵਗੈਰਾ ਵੀ ਚੋ ਲਿਆ, ਸਾਰੇ ਕੰਮ ਨਾਲ ਨਿਬੇੜ ਕੇ ਬੈਠੇ ਹੋਇਆ ਜੀ ਅਲਹਮਦੁਲਿਲਾ। ਔਰ ਹੁਣ ਦੁੱਧ ਵਗੈਰਾ ਗਰਮ ਕਰਾਂਗੇ, ਬਣਾਵਾਂਗੇ ਜੀ ਦੁੱਧ ਸੋਡਾ, ਔਰ ਅੱਜ ਨਾ ਬੜੀ ਸਕੂਨ ਦੀ ਨੀਂਦਰ ਆਵੇਗੀ, ਕਿਉਂਕਿ ਅੱਜ ਨਾ ਹਬਸ ਵਗੈਰਾ ਬਿਲਕੁਲ ਕੋਈ ਨਹੀਂ ਆ, ਔਰ ਹਵਾ ਦੇਖੋ ਨਾ ਮਾਸ਼ਾਅੱਲਾ ਠੰਡੀ ਠੰਡੀ ਚੱਲੀ ਹੋਈ ਹੈ। ਮੇਰਾ ਦਿਲ ਕਰਦਾ ਵੀ ਅੱਜ ਇੱਥੇ ਮੱਝਾਂ ਚੱਕ ਕੇ ਲਿਆਵਾਂ, ਹਾਂ ਠੰਡੀ ਹਵਾ। ਮੇਰੇ ਖਿਆਲ ਨਾਲ ਆਪਣੇ ਇਲਾਕੇ 'ਚ ਬਾਰਿਸ਼ ਨਹੀਂ ਹੋਈ, ਹੋਰ ਕਿਸੇ ਇਲਾਕੇ 'ਚ, ਹਾਂ ਹੋਰ ਕਿਸੇ ਇਲਾਕੇ 'ਚ ਬਾਰਿਸ਼ ਹੋਈ ਹੈ, ਜਿਹਦੀ ਵਜ੍ਹਾ ਨਾਲ ਮਾੜੀ ਮਾੜੀ ਠੰਡੀ ਹਵਾ ਚੱਲਦੀ ਪਈ ਆ। ਅੱਜ ਤਾਂ ਬਾਹਰ ਏਸੀ ਲੱਗੇ ਪਏ ਨੇ, ਅਤੇ ਬਾਕੀ ਕਰਦੇ ਹਾਂ ਜੀ ਅੱਜ ਦਾ ਵਲਾਗ ਖਤਮ, ਇਨਸ਼ਾਅੱਲਾ ਹੁੰਦੀ ਹੈ ਜੀ ਕੱਲ੍ਹ ਮੁਲਾਕਾਤ। ਵਲਾਗ ਅੱਛਾ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਬਹੁਤ ਸ਼ੁਕਰੀਆ, ਥੈਂਕ ਯੂ, ਅੱਲਾ ਹਾਫਿਜ਼।